ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵੱਲੋਂ ਇੰਟਰਨੈਸ਼ਨਲ ਵੂਮੈਨ ਡੇ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਕਮਲੇਸ਼ ਉੱਪਲ, ਸਾਬਕਾ ਥੀਏਟਰ ਅਤੇ ਟੀਵੀ ਆਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਔਰਤਾਂ ਦੇ ਹੱਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਦੌਰਾਨ ਪ੍ਰਿੰਸੀਪਲ ਡਾਕਟਰ ਹਰਵਿੰਦਰ ਕੌਰ ਨੇ ਵੀ ਔਰਤਾਂ ਨੂੰ ਹਰੇਕ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਗੱਲ ਆਖੀ। ਕਾਲਜ ਦੇ ਚੇਅਰਮੈਨ ਪ੍ਰੋਫੈਸਰ ਬਲਦੇਵ ਸਿੰਘ ਬੱਲੂਆਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਟਕ ਦੇ ਸਰਪ੍ਰਸਤ ਪ੍ਰਾਣ ਸੱਭਰਵਾਲ ਦੀ ਟੀਮ ਵੱਲੋਂ ਨਾਟਕ ਖੇਡੇ ਗਏ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਵਪਾਰੀ ਸ਼੍ਰੀ ਦੇਵੀ ਦਿਆਲ ਗੋਇਲ ਵੀ ਹਾਜ਼ਰ ਸਨ। ਅੱਜ ਪਹਿਲਾ ਦਿਵਸ ਹੈ। ਇਸ ਦਿਵਸ ਦੇ ਮੌਕੇ ਮੇਰੇ ਮਨ ਵਿੱਚ ਜਿਹੜੀ ਸੋਚ ਸਭ ਤੋਂ ਪਹਿਲਾਂ ਆਉਂਦੀ ਹੈ ਉਹ ਇਹ ਹੈ ਕਿ ਔਰਤ ਉਦੋਂ ਆਜ਼ਾਦ ਹੈ, ਉਦੋਂ ਪੂਰੀ ਸਮਰੱਥ ਹੈ ਜਦੋਂ ਉਸਨੂੰ ਉਸਦੀ ਆਪਣੀ ਸੋਚਣੀ ਦੇ ਅਨੁਸਾਰ ਕਰਮ ਕਰਨ ਦੀ ਇਜਾਜ਼ਤ ਮਿਲ ਜਾਏਗੀ ਅਤੇ ਉਸਦੇ ਸਰੀਰ ਦੇ, ਉਹਦੇ ਮਸਤਕ ਦੇ ਗੌਰਵ ਦਾ ਪੂਰਾ ਖਿਆਲ ਰੱਖੇਗੀ ਸੋਸਾਇਟੀ। ਮੌਜੂਦਾ ਹਾਲਾਤਾਂ ਦੇ ਵਿੱਚ ਜਿਵੇਂ ਕਿ ਅੱਜ ਡਾਕਟਰ ਮੇਨਕਾ ਗਾਂਧੀ ਨੇ ਇੱਕ ਆਪਣਾ ਬਿਆਨ ਦਿੱਤਾ ਜਿਹਦੇ 'ਚ ਕਹਿੰਦੀ ਆ ਵੀ ਕਰਫਿਊ ਲੱਗਣਾ ਚਾਹੀਦਾ ਜਿਹੜੇ ਹੋਸਟਲਸ ਹੈਗੇ ਨੇ ਤਾਂ ਕਿ ਲੜਕੀਆਂ ਨਾ ਬਹਿਕਣ, ਇਸ ਦੇ ਉੱਪਰ ਤੁਹਾਡਾ ਕੀ ਕਮੈਂਟ ਹੈ? ਮੈਨੂੰ ਤਾਂ ਮੇਨਕਾ ਗਾਂਧੀ ਦੇ ਵਿਚਾਰ ਵੈਸੇ ਨਹੀਂ ਪਸੰਦ, ਮਾਫ਼ ਕਰਨਾ। ਜਦੋਂ ਮੈਂ ਖਬਰਾਂ ਪੜ੍ਹਦੀ ਹਾਂ ਕਿ ਕੁੱਤੇ ਬੱਚਿਆਂ ਨੂੰ ਨੋਚ ਜਾਂਦੇ ਨੇ ਤਾਂ ਮੇਰਾ ਬੜਾ ਹੀ ਦਿਲ ਕਰਦਾ ਹੁੰਦਾ ਕਿ ਮੈਂ ਮੇਨਕਾ ਦੇ ਘਰ ਵੱਲੋਂ ਕੁੱਤੇ ਧੱਕਦੀ ਹਾਂ। ਇਸ ਲਈ ਮੈਂ ਉਹਦੇ ਕਿਸੇ ਕਮੈਂਟ ਦੇ ਉੱਤੇ ਕੁਛ ਨਹੀਂ ਕਹਿਣਾ, ਨਾ ਮੈਂ ਉਸਨੂੰ ਕੋਈ ਤਰਜੀਹ ਦੇਣੀ। ਸਾਰੇ ਵਿਸ਼ਿਆਂ ਦੇ, ਚਾਹੇ ਪੁਲਿਸ ਦੇ ਵਿੱਚ ਵੀ, ਇਹਨਾਂ ਨੂੰ ਆਰਮੀ ਦੇ ਵਿੱਚ ਵੀ, ਹੁਣ ਤਾਂ 50% ਇਹਨਾਂ ਦੀ ਮਤਲਬ ਕਾਫੀ ਜਿਹੜੀ ਹੋ ਚੁੱਕੀ ਆ, ਅਤੇ ਇਹਦੇ ਨੂੰ ਮਤਲਬ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵੱਧ ਚੜ੍ਹ ਕੇ ਆਪਣੇ ਦੇਸ਼ ਦਾ ਨਾਮ ਜਿਹੜਾ ਉਹ ਰੋਸ਼ਨ ਕਰਨ। ਹਰ ਜਗ੍ਹਾ ਦੇ ਉੱਤੇ ਪਾਉਣ ਦੇ ਅਲੱਗ ਅਲੱਗ ਜਗ੍ਹਾ ਬਣਾਈਆਂ ਗਈਆਂ ਕਿ ਕਿਹੜੀ ਡਰੈਸ ਕਿਸ ਜਗ੍ਹਾ 'ਤੇ ਅਸੀਂ ਪਾਉਣੀ ਆ। ਮਨ ਦੇ ਵਿੱਚ ਹਰ ਇੱਕ ਜਾਂਦਾ ਕਿ ਮੈਂ ਹਰ ਇੱਕ ਡਰੈਸ ਪਾਵਾਂ, ਪਾਉਣ ਵੀ ਜ਼ਰੂਰ, ਪਰ ਕਿੱਥੇ ਪਾਉਣੀ ਆ ਉਹਨੂੰ ਇਹ ਦਿਮਾਗ ਵਿੱਚ ਰੱਖ ਕੇ ਪਾਉਣ, ਤਾਂ ਜੋ ਜਿਹੜੇ ਅੱਜ ਕੱਲ੍ਹ ਇੰਨਾ ਜ਼ਿਆਦਾ ਦਿੱਲੀ ਦੇ ਵਿੱਚ ਵੀ ਔਰ ਬੰਬੇ ਦੇ ਵਿੱਚ ਵੀ ਜਿਹੜੇ ਮਤਲਬ ਬਲਾਤਕਾਰ ਹੋ ਰਹੇ ਆ ਅਤੇ ਉਹਨਾਂ ਨੂੰ ਮਤਲਬ ਆਪਣੇ ਤੋਂ ਬਚਾਇਆ ਜਾ ਸਕੇ ਔਰ ਆਪਣੇ ਹੱਕਦਾਰ ਅੱਧੀ ਰਾਤ ਨੂੰ ਵੀ ਵਾਪਸ ਘਰਾਂ 'ਚ ਆ ਸਕਦੀਆਂ ਅਗਰ ਉਹ ਆਪਣੇ ਆਪ ਨੂੰ ਬੋਲਡ ਬਣਾਉਣ, ਆਪਣੇ ਆਪ ਨੂੰ ਬੋਲਡ ਬਣਾਉਣ, ਅੱਗੇ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਮਤਲਬ ਮੇਰਾ ਇਹ ਸੰਦੇਸ਼ ਆ ਸਾਰਿਆਂ ਨੂੰ ਕਿ ਸੱਚ ਦੇ ਰਾਹ 'ਚ ਚੱਲੋ ਔਰ ਸੱਚਾਈ ਸੱਚ ਹੀ ਬੋਲੋ ਔਰ ਝੂਠ ਦੇ ਵਿੱਚ ਕੁਛ ਨਹੀਂ ਰੱਖਿਆ ਔਰ ਝੂਠ ਕਦੇ ਨਹੀਂ ਰੱਖਣਾ। ਇੱਕ ਵੂਮਨ ਜਿਹੜੀ ਆ ਉਹ ਵੀ ਸਫਲ ਹੈ ਜਿਹੜੀ ਘਰ ਦੇ ਨਾਲ ਨਾਲ ਸਵਾਣੀ ਵੀ ਆ ਔਰ ਆਪਣੇ ਬੱਚਿਆਂ ਨੂੰ ਵੀ ਸਾਂਭਦੀ ਆ, ਹਸਬੈਂਡ ਨੂੰ ਵੀ ਸਾਂਭਦੀ ਆ, ਜੋਬ ਵੀ ਕਰਦੀ ਆ ਔਰ ਇਹ ਸਾਰੇ ਫੀਲਡ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ। U24 ਚੈਨਲ ਦੇ ਲਈ ਪਟਿਆਲਾ ਤੋਂ ਕਮਲਜੀਤ ਦੀ ਰਿਪੋਰਟ।